ਇੱਕ ਜੀਜੇ ਦੇ ਵੱਲੋਂ ਹੀ ਆਪਣੀ ਸਾਲੀ ਦਾ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਬੇਰਹਿਮੀ ਦੇ ਨਾਲ ਉਸਦਾ ਕਤਲ ਕੀਤਾ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜੋ ਜੀਜਾ ਹੈ ਉਹ ਆਪਣੀ ਸਾਲੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਜਦੋਂ ਸਾਲੀ ਨੇ ਉਸਨੂੰ ਮਨਾ ਕਰ ਦਿੱਤਾ ਤਾਂ ਉਸਨੇ ਗੁੱਸੇ ਦੇ ਵਿੱਚ ਆ ਕੇ ਆਪਣੀ ਸਾਲੀ ਦਾ ਹੀ ਕਤਲ ਕਰ ਦਿੱਤਾ। ਤਾਂ ਬੇਹੱਦ ਹੀ ਮਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਜੀਜੇ ਨੇ ਆਪਣੀ ਹੀ ਸਾਲੀ ਦਾ ਕਤਲ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਜਦੋਂ ਸਾਲੀ ਦਾ ਕਤਲ ਕੀਤਾ ਤਾਂ ਉਸਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਸਦੀ ਮੌਤ ਹਾਰਟ ਅਟੈਕ ਦੇ ਨਾਲ ਹੋਈ ਹੈ। ਤਾਂ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ, ਪਰ ਇਸ ਘਟਨਾ ਦਾ ਖੁਲਾਸਾ 8 ਮਾਰਚ ਨੂੰ ਹੋਇਆ। ਤਾਂ ਦੱਸ ਦਈਏ ਕਿ 2 ਫਰਵਰੀ ਨੂੰ ਉਸਦੇ ਵੱਲੋਂ ਸਾਲੀ ਦਾ ਕਤਲ ਕੀਤਾ ਜਾਂਦਾ ਹੈ। ਹਾਲਾਂਕਿ ਇੰਨੇ ਦਿਨ ਗੱਲ ਜੋ ਹੈ ਦੱਬੀ ਰਹਿੰਦੀ ਹੈ, ਪਰ ਹੌਲੀ ਹੌਲੀ ਇਸ ਗੱਲ ਦਾ ਜਦੋਂ ਖੁਲਾਸਾ ਹੁੰਦਾ ਹੈ ਤਾਂ ਕਿਹਾ ਜਾ ਰਿਹਾ ਕਿ 8 ਮਾਰਚ ਨੂੰ ਇਸ ਦੀਆਂ ਪਰਤਾਂ ਖੁੱਲਦੀਆਂ ਨੇ, ਜਿਸ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਜੋ ਜੀਜਾ ਹੈ ਉਹ ਸਾਲੀ ਨੂੰ ਪਿਆਰ ਕਰਦਾ ਸੀ ਤੇ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਜਦੋਂ ਸਾਲੀ ਨੇ ਮਨਾ ਕਰ ਦਿੱਤਾ ਤਾਂ ਉਸਨੇ ਉਸਦਾ ਗੁੱਸੇ ਦੇ ਵਿੱਚ ਆ ਕੇ ਕਤਲ ਕਰ ਦਿੱਤਾ। ਤਾਂ 2014 ਦੇ ਵਿੱਚ ਹਰਦੀਪ ਦਾ ਵਿਆਹ ਹੁੰਦਾ ਹੈ ਤੇ ਉਹ ਆਪਣੀ ਪਤਨੀ ਨੂੰ ਹੁਣ ਛੱਡਣਾ ਚਾਹੁੰਦਾ ਸੀ ਤੇ ਸਾਲੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਅਕਸਰ ਸਾਲੀ ਇਸ ਦੇ ਘਰ ਆਉਂਦੀ ਸੀ, ਕਈ ਕਈ ਦਿਨ ਰਹਿੰਦੀ ਸੀ, ਪਰ ਕਿਹਾ ਜਾ ਰਿਹਾ ਕਿ ਇਸ ਨੂੰ ਉਸਦੇ ਨਾਲ ਪਿਆਰ ਹੋ ਗਿਆ। ਪਰ ਜਦੋਂ ਇਸਨੇ ਉਸਨੂੰ ਸਾਲੀ ਨੂੰ ਵਿਆਹ ਦੇ ਲਈ ਕਿਹਾ ਤਾਂ ਜਿਸ ਤੋਂ ਬਾਅਦ ਉਸਨੇ ਉਸਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਹੈ। ਤਾਂ ਖਬਰ ਮੋਗਾ ਤੋਂ ਸਾਹਮਣੇ ਆਈ ਹੈ।